ਤੁਸੀਂ ਦੇਖ ਰਹੇ ਹੋ ਮਸਕਾ ਚਸਕਾ ਟਾਈਮਸ। ਜ਼ਿਲ੍ਹਾ ਗੁਰਦਾਸਪੁਰ ਤੇ ਕਾਦੀਆਂ ਇਲਾਕੇ ਦੀ ਜੇ ਲੁੱਟਾਂ ਖੋਹਾਂ ਚੋਰੀਆਂ ਦੀ ਗੱਲ ਕਰੀਏ ਤੇ ਉਹ ਤਾਂ ਦਿਨੋ ਦਿਨ ਵੱਧ ਰਹੀਆਂ ਨੇ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਬੀਤੀ ਰਾਤ ਕਾਦੀਆਂ ਦੇ ਨਜ਼ਦੀਕ ਵਿਸ਼ਕਰਮਾਪੱਤੀ ਨਾਥਪੁਰ ਦੀ ਕਲੋਨੀ ਦੇ ਵਿੱਚ ਚੋਰਾਂ ਵੱਲੋਂ ਘਰ ਦੇ ਤਾਲੇ ਤੋੜ ਕੇ ਘਰ ਦੇ ਅੰਦਰੋਂ 1 ਲੱਖ ਰੁਪਏ ਦਾ ਗਹਿਣਾ ਅਤੇ 70,000 ਰੁਪਏ ਦੀ ਨਕਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਰਾਮ ਲਭਾਇਆ ਪੁੱਤਰ ਸੋਹਣ ਲਾਲ ਵਾਸੀ ਵਿਸ਼ਕਰਮਾਪੱਤੀ ਨਾਥਪੁਰ ਨੇ ਦੱਸਿਆ ਕਿ ਉਹਨਾਂ ਦੇ ਭਰਾ ਦੇ ਬੇਟੇ ਦਾ ਵਿਆਹ ਸੀ ਜੋ ਕਿ ਸਾਰਾ ਪਰਿਵਾਰ ਕੱਲ੍ਹ ਸ਼ਾਮੀ 5:30 ਵਜੇ ਤੋਂ ਲੈ ਕੇ 10 ਵਜੇ ਤੱਕ ਜਦੋਂ 10 ਵਜੇ ਵਾਪਸੀ ਕੀਤੀ ਘਰ ਵਿੱਚ ਤਾਂ ਵਾਪਸ ਆ ਕੇ ਉਹਨਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸੀ ਔਰ ਘਰ ਦੇ ਅੰਦਰੋਂ ਲੱਗਾ ਤਾਲਾ ਵੀ ਟੁੱਟਿਆ ਹੋਇਆ ਸੀ। ਇਸ ਦੇ ਦੌਰਾਨ ਜਦੋਂ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ 3 ਕਮਰਿਆਂ ਦੀ ਅਲਮਾਰੀਆਂ ਟੁੱਟੀਆਂ ਪਈਆਂ ਸਨ ਅਤੇ ਸਮਾਨ ਖਿਲਰਿਆ ਪਿਆ ਸੀ। ਇਸ ਸੰਬੰਧੀ ਉਹਨਾਂ ਨੇ ਦੱਸਿਆ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡਾ ਜਲਦ ਤੋਂ ਜਲਦ ਚੋਰਾਂ ਕੋਲੋਂ ਸਮਾਨ ਫੜ ਕੇ ਚੋਰਾਂ ਨੂੰ ਫੜ ਕੇ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਏ ਅਤੇ ਸਾਡਾ ਜਿਹੜਾ ਨੁਕਸਾਨ ਹੋਇਆ ਇਹ ਜਲਦ ਤੋਂ ਜਲਦ ਸਾਡਾ ਹੈਲਪ ਕੀਤੀ ਜਾਏ। ਇਸ ਚੀਜ਼ ਦੀ ਮੰਗ ਪੁਲਿਸ ਪ੍ਰਸ਼ਾਸਨ ਕੋਲ ਕੀਤੀ ਹੈ। ਦੇਖਦੇ ਰਹੋ ਮਸਕਾ ਚਸਕਾ ਟਾਈਮਸ। ਮੇਰਾ ਨਾਂ ਰਾਮ ਲਭਾਇਆ। ਘਟਨਾ ਵਾਪਰੀ ਕੱਲ ਸਾਢੇ ਪੰਜ ਵਜੇ ਤੋਂ ਗਏ ਆ ਉਹ ਸਾਡੇ ਭਤੀਜੇ ਦਾ ਵਿਆਹ ਸੀ ਬਟਾਲਾ ਰੋਡ ਤੇ ਘਰ ਵਾ ਛੋਟੇ ਮੇਰੇ ਤੋਂ ਉੱਧਰ ਗਏ ਜਿੰਦਰੇ ਮਾਰ ਗਏ ਸਾਢੇ ਦਸ ਵਜੇ ਮੈਂ ਉੱਧਰੋਂ ਇੱਧਰ ਨੂੰ ਘਰ ਆਇਆ ਤੇ ਮੇਰੇ ਆਉਂਦਿਆਂ ਨੂੰ ਸਾਰੇ ਲਾੜਾ ਪਿ
ਲਵਾਰੀਆਂ ਪਈਆਂ ਹੁੰਦੀਆਂ ਨੇ। ਲਗਭਗ ਕਿੰਨਾ ਕੁ ਨੁਕਸਾਨ ਹੋ ਰਿਹਾ ਤਾਂ? ਲੱਖ ਤੋਂ ਉੱਪਰ ਹੀ, ਲੱਖ ਤੋਂ ਉੱਪਰ ਗਹਿਣੇ ਦਾ ਜੀ, ਉਸ ਤੋਂ ਨਕਦੀ ਜਿਹੜੀ ਹੋ ਗਈ। ਪੁਲਿਸ ਨੂੰ ਕੰਪਲੇਂਟ ਕੀਤੀ ਹੈ? ਹਾਂ, ਪੁਲਿਸ ਨੂੰ ਕਰਕੇ ਆਏ, ਕਲਾ ਅੱਜ 9 ਵਜੇ ਲਿਖਾ ਕੇ ਆਏ, ਰਿਪੋਰਟ ਰੱਖ ਕੇ ਉਹਨਾਂ ਨੂੰ ਸੱਦਿਆ 108 ਨੰਬਰ ਵਾਲਿਆਂ ਨੂੰ। ਕਿੰਨੇ ਵਜੇ ਆਏ? ਮੇਰਾ ਨਾਂ ਸੁਰਿੰਦਰ ਹੈ ਜੀ। ਕੀ ਘਟਨਾ ਵਾਪਰੀ? ਮੈਂ ਕਾਦੀਆਂ ਦੇ ਰਹਿਣ ਵਾਲਾ ਜੀ, ਮੇਰਾ ਬ੍ਰਦਰ ਹੈ ਜੀ, ਇੱਥੇ ਨਾਗਪੁਰ ਚ ਰਹਿੰਦੇ। ਤੇ ਤਕਰੀਬਨ ਕੱਲ ਕੋਈ ਸਾਡੇ ਨਾ ਇਹਨਾਂ ਦੇ ਛੋਟੇ ਭਰਾ ਸਾਡੇ ਦਾ ਬੇਟੇ ਦੀ ਸ਼ਾਦੀ ਸੀ, ਤੇ ਸਾਰੇ ਜੀ ਅਸੀਂ ਉੱਥੇ ਗਏ ਸੀ। ਤੇ ਜਦੋਂ ਆਣ ਕੇ ਇਹਨਾਂ ਨੇ ਵਾਪਸੀ ਕੀਤੀ 10:30 ਵਜੇ, 10:30 ਵਜੇ ਦੇਖਿਆ ਕਿ ਜਿੰਦਰੇ ਟੁੱਟੇ ਸੀ ਸਾਰੇ ਇਹਨਾਂ ਦੇ। ਤੇ ਪਹਿਲੇ ਤਾਂ ਵੈਸੇ ਇਹਨਾਂ ਨੇ ਗੌਰ ਨਹੀਂ ਕੀਤਾ ਵੀ ਸ਼ਾਇਦ ਸਮਾਨ ਖਿਲ ਰਿਹਾ ਪਿਆ, ਵੈਸੇ ਹੀ ਖਿਲ ਰਿਹਾ ਵਾ। ਜਦ ਦੇਖਿਆ ਤਾਂ ਅਲਮਾਰੀਆਂ ਟੁੱਟੀਆਂ, 1 ਕਮਰਾ 2 ਕਮਰੇ 3 ਕਮਰੇ, 3 ਕਮਰਿਆਂ ਦੀ ਅਲਮਾਰੀਆਂ ਟੁੱਟੀਆਂ। ਤੇ ਹੈਰਾਨ ਪਰੇਸ਼ਾਨ ਹੋ ਗਏ ਵੀ ਇਹ ਕੀ ਬਣ ਗਿਆ ਸਾਡੇ ਨਾਲ। ਪੂਰੇ ਪੂਰੇ ਕਰਕੇ ਜੋੜ ਕੇ ਕਮੇਟੀ ਘਰ 'ਚ ਕੰਮ ਕਰਦੇ, ਗਰੀਬ ਭਰਾ ਪਰਿਵਾਰ ਆਏ, ਭਰਾ ਮੇਰਾ ਗਰੀਬ ਆ ਵਿਚਾਰਾ, 9 ਦੇ ਜੇਵਰ ਸੀ, ਧੀ ਵਾਸਤੇ ਜੋੜੇ ਸੀ ਕਿ ਉਹਦੀ ਸ਼ਾਦੀ ਵਾਸਤੇ ਤਿਆਰੀ ਕਰਦੇ ਪਏ ਸੀ, ਕਾਫੀ ਤਿਆਰੀ ਤੋਂ ਤਿਆਰੀ ਕਰਦੇ ਪਏ ਸੀ। ਤੁਹਾਨੂੰ ਵਿਚਾਰੀ ਵਿਆਹਣ ਵਾਲੀ ਆ, ਉਹਦੇ ਵਾਸਤੇ ਜੋੜਿਆ ਸੀ, ਜੋ ਵੀ ਕੁਛ ਉਹ ਲੈ ਗਏ ਨੇ ਚੋਰ, ਹੁਣ ਉਹਦੇ ਦਿਲ 'ਤੇ ਕੀ ਬੀਤਦੀ ਆ ਤੁਸੀਂ ਸਮਝ ਸਕਦੇ ਹੋ। ਕਿੰਨਾ ਕੁ ਨੁਕਸਾਨ ਹੋਇਆ ਭਾਈ? ਨੁਕਸਾਨ ਘੱਟੋ ਘੱਟ 1,00,000 ਦੇ ਜੇਵਰ ਸੀ, ਅਤੇ 70,000-75,000 ਦੀ ਨਕਦੀ ਸੀ ਜੀ। ਅਤੇ ਕੁੱਲ ਮਿਲਾ ਕੇ 1.5-2 ਲੱਖ ਦਾ ਕੋਈ ਨੁਕਸਾਨ ਕਰ ਗਏ ਨੇ। ਅਤੇ ਜਦ ਪਤਾ ਲੱਗਾ ਸਾਰਿਆਂ ਨੂੰ, ਅਸੀਂ ਵੀ ਮਗਰ ਆਏ ਆਣ ਕੇ, ਅਤੇ ਇੱਦਾਂ ਲੱਗਾ ਕਿ ਜਿੱਦਾਂ ਨਾ ਕੋਈ ਜਣਾ ਬਾਹਰ ਬੈਠਾ ਸੀ, ਉਹਦੀ ਸਿਗਰਟ ਜਿਹੜੀ ਉਹ ਸੁਲਝਦੀ ਪਈ ਸੀ, ਹਲੇ ਧੁੱਕਦੀ ਪਈ ਸੀ, ਇੱਕ ਪਰਨਾ ਵੀ ਛੱਡ ਕੇ ਤੋਂ ਚੱਲ ਗਏ ਨੇ। ਅਤੇ ਪੁਲਿਸ ਪ੍ਰਸ਼ਾਸਨ ਕੋਲ ਬੇਨਤੀ ਕਰਦੇ ਹਾਂ ਅਸੀਂ ਕਿ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ, ਅਤੇ ਜਿੱਦਾਂ ਬਹੁਤ ਜ਼ਿਆਦੀਆਂ ਚੋਰੀ ਦੀਆਂ ਘਟਨਾਵਾਂ ਵੱਧ ਗਈਆਂ ਨੇ, ਇਹਨਾਂ ਨੂੰ ਠੱਲ ਪਾਈ ਜਾਵੇ। ਪੁਲਿਸ ਅੱਗੇ ਬੇਨਤੀ ਹੈ ਕਿ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇੱਧਰ ਗੌਰ ਕੀਤਾ ਜਾਵੇ। 2-3 ਚੋਰੀਆਂ ਕੱਲ੍ਹ ਅਤੇ ਅੱਜ ਦੇ ਵਿੱਚ ਹੀ ਹੋ ਗਈਆਂ ਨੇ।
तो बेनती है कि गरीब परिवार को इंसाफ दवाया जाए। बहुत औखा वा अजकल के जमाने च, महंगाई के जमाने से पैसा जोड़ना। अपनी बेचारी धी वास्ते उन्हें जोड़िया ही, जे वर्ग को पैसे उसकी शादी वास्ते, हुण बेचारा बहुत दुखी है बेचारा। तो जे पुलिस चाहे कोशिश करे तो सब कुछ कर सकती है। सो बेनती आ नुकसान ਭਾਬੀ ਦੇ ਗਏ ਆ ਚੀਜ਼ਾਂ ਤੇ ਆ ਮੇਰੀ ਅਲਮਾਰੀ ਚ ਪਾਪਾ ਦੀਆਂ ਦੋ ਰਿੰਗ ਸੀ, ਉਹ ਹੈ ਨਹੀਂ ਸੀ, ਆ ਕੇ ਦੇਖਿਆ ਸਾਹਮਣੇ ਪਈਆਂ ਸੀ। ਆ ਭੱਜਾ ਵੀ ਬੜੀ ਤੇਜ਼ ਲੱਗਦਾ, ਕਿੱਡੀਆਂ ਕਿੱਡੀਆਂ ਲੱਗਾ ਮਾਰੀਆਂ।